ਸਿਆਲਕੋਟ ਦੀ ਮੈਂ ਗੱਲ ਕਰਨਾ, ਬਾਰਾਂ ਦੇ ਵਿੱਚ ਮੈਂ ਵੇਖਿਆ ਨਹੀਂ, ਸਿਆਲਕੋਟ 'ਚ ਤਾਂ ਵੇਖਿਆ ਹਜੇ ਚੰਨ ਨਹੀਂ ਸੀ ਚੜਿਆ ਰਬੀਉਲ ਅਵਲ ਦਾ, ਅਤੇ ਇਹ ਦੋ ਤਿੰਨ ਦਿਨ ਨਾ ਪਹਿਲਾਂ ਇੱਥੋਂ ਨਿਕਲਿਆ ਸੀ ਪੋਲੈਕ ਤੋਂ ਇਮਾਮ ਸਾਹਿਬ ਵੱਲ, ਅਤੇ ਵੇਖਿਆ ਕੋਈ 15-16 ਮੁੰਡੇ ਨਾ ਨੌਜਵਾਨ, ਉਹਨਾਂ ਉਹ ਪੈਂਟਾਂ ਸ਼ਲਟਾਂ ਪਾਈਆਂ, ਅਤੇ ਪੈਂਟਾਂ ਸ਼ਲਟਾਂ ਪਾ ਕੇ ਅਤੇ ਢੋਲ ਪਾਏ ਗਲਾਂ ਵਿੱਚ, ਅਤੇ ਉਹ ਤੂਤੇ ਜੇ ਫੜੇ, ਅਤੇ ਉਹ ਨਾ ਰੋਡ ਦੇ ਉੱਤੇ ਨਾ ਉਹ ਜਿਵੇਂ ਬੈਂਡ ਬਾਜਾ ਨਹੀਂ ਹੁੰਦਾ, ਬੈਂਡ ਵਿਆਹਾਂ 'ਤੇ ਲੋਕ ਬੈਂਡ ਬੁਲਾਉਂਦੇ ਨੇ, ਉਹ ਬੈਂਡ ਪੂਰਾ ਬਣਿਆ, ਉਹਨਾਂ ਨੇ ਪੂਰੀ ਵਰਦੀ ਪਾਈ, ਪੂਰਾ ਢੋਲ ਛੋਲ ਪਾਇਆ, ਤੂਤੇ ਛੂਤੇ ਫੜੇ, ਪੂਰੇ ਸਾਜ਼ੋ ਸਮਾਨ ਦੇ ਨਾਲ ਨਾ ਮੇਨ ਰੋਡ ਮੇਨ ਸ਼ਾਹਰਾਹ ਸਿਆਲਕੋਟ ਦੇ ਉੱਤੇ ਖਲੋ ਕੇ ਅਤੇ ਉਹ ਵਜਾਉਂਦੇ ਪਏ ਨੇ। ਉਹ ਮੈਂ ਗੱਡੀ ਖੜੀ ਕੀਤੀ, ਮੈਂ ਕੀ ਪੇ ਕਰਦੇ ਹੋ ਜੀ? ਇਹੋ ਜੀ ਅਸੀਂ 12 ਰਬੀਉਲ ਅਵਲ ਦੀ ਤਿਆਰੀ ਪੇ ਕਰਨੀ ਆ, ਅਤਵਜੋ ਕਰਿਓ, 12 ਰਬੀਉਲ ਅਵਲ ਦੀ ਤਿਆਰੀ ਪੇ ਕਰਨੇ ਆ। ਮੈਨੂੰ ਇਮਾਨਦਾਰੀ ਨਾਲ ਦੱਸੋ, ਸ਼ਰੀਅਤ ਦੇ ਅੰਦਰ, ਇਸਲਾਮ ਦੇ ਅੰਦਰ, ਹਦੀਸ ਦੇ ਅੰਦਰ, ਕੁਰਾਨ ਦੇ ਅੰਦਰ ਕਿਤੇ ਆਇਆ ਕਿ ਮਿਲਾਦੁਨ ਨਬੀ ਵਾਲੇ ਦਿਨ ਤੁਸੀਂ ਬੈਂਡ ਬਾਜਾ ਵਜਾਓ? ਬੋਲੋ, ਮੈਨੂੰ ਵਿਖਾਓ। ਜੇ ਆਇਆ ਤਾਂ ਮੈਂ ਮੰਨ ਜਾਂਦਾ, ਹੈ ਹੀ ਨਹੀਂ। ਓਏ, ਵਿਆਹ ਸ਼ਾਦੀ 'ਤੇ ਕੋਈ ਢੋਲ ਛੋਲ ਵਜਾਏ ਤਾਂ ਲੋਕ ਕਹਿੰਦੇ ਨੇ ਤੂੰ ਇਸਲਾਮ ਦੇ ਖਿਲਾਫ਼ ਕੰਮ ਕੀਤਾ, ਤੂੰ ਸ਼ਰੀਅਤ ਦੇ ਖਿਲਾਫ਼ ਕੰਮ ਕੀਤਾ, ਇੰਜ ਨਹੀਂ ਸੀ ਹੋਣਾ ਚਾਹੀਦਾ। ਇਹ ਢੋਲ ਬਾਜੇ ਅਤੇ ਬੈਂਡ ਬਾਜੇ ਸਿਆਲਕੋਟ ਦੇ ਅੰਦਰ ਹੁਣ ਆਮ ਹੋ ਰਹੇ ਨੇ, ਹੁਣ ਟੀਮਾਂ ਬਣ ਗਈਆਂ ਨੇ, ਫਲਾਣੇ ਪਿੰਡ ਦੀ ਟੀਮ, ਫਲਾਣੇ ਮੁਹੱਲੇ ਦੀ ਟੀਮ, ਫਲਾਣੇ ਮੁਹੱਲੇ ਦੀ ਟੀਮ, ਫਿਰ 12 ਰਬੀਉਲ ਅਵਲ ਵਾਲੇ ਦਿਨ ਐਸੇ ਬੈਂਡ ਵਜਾਉਣ ਵਾਲਿਆਂ ਨੂੰ ਜੀ ਜਿਹਨੇ ਸਭ ਨਾਲੋਂ ਜ਼ਿਆਦਾ ਚੰਗਾ ਬੈਂਡ ਵਜਾਇਆ ਉਹਨੂੰ 50 ਲੱਖ ਰੁਪਇਆ ਇਨਾਮ। ਹੁਣ ਦੱਸੋ ਕਿੱਧਰ ਤੁਰ ਪਏ ਹੋ ਸੁਣੀਓ, ਇਹ ਇਸ਼ਕ ਤਾਂ ਨਹੀਂ? ਹੁਣ ਜਿਹੜੇ ਮੁੰਡੇ ਢੋਲ ਪਾ ਕੇ ਬੈਂਡ ਬਾਜਾ ਪੇ ਮਨਾਉਂਦੇ ਨੇ ਜਾਂ ਵਜਾਉਂਦੇ ਪਏ ਨੇ ਜਾਂ ਜਾਜ ਪੇ ਸਿੱਖਦੇ ਨੇ, ਨਮਾਜ਼ ਇੱਕ ਵੀ ਨਹੀਂ ਪੜ੍ਹੀ, ਨਮਾਜ਼ ਇੱਕ ਵੀ ਨਹੀਂ ਪੜ੍ਹੀ, ਵੁਜ਼ੂ ਦਾ ਪਤਾ ਕੋਈ ਨਹੀਂ, ਗੁਸਲ ਦਾ ਪਤਾ ਕੋਈ ਨਹੀਂ, ਤਹਾਰਤ ਦਾ ਪਤਾ ਕੋਈ ਨਹੀਂ, ਛੋਟੇ ਛੋਟੇ ਬੱਚੇ ਇਹ ਜੀ ਜਾਜ ਪੇ ਸਿੱਖਣੇ ਆ। ਕੀ ਹੈ ਇਹ 12 ਰਬੀਉਲ ਅਵਲ ਵਾਲੇ ਦਿਨ ਸਾਡਾ ਇਮਤਿਹਾਨ ਹੈ, ਅਸਾਂ ਢੋਲ ਵਜਾਉਣੇ ਨੇ? ਉਹ ਸੁਣੀਓ, ਮਿਲਾਦ ਦਾ ਬੈਂਡ ਬਾਜੇ ਨਾਲ ਤਲਕ, ਬੋਲੋ ਉੱਚੀ, ਤਲਕ। ਅਸੀਂ ਐਸੀਆਂ ਸੁੰਨੀਆਂ ਨੂੰ ਨਹੀਂ ਮੰਨਦੇ ਜਿਹੜੇ ਸੁੰਨੀਆਂ ਦਾ ਲਬਾਦਾ ਓੜ ਕੇ ਸਾਡੇ ਮਸਲਕ ਨੂੰ ਬਦਨਾਮ ਕਰਨਾ ਚਾਹੁੰਦੇ ਨੇ, ਸਾਡੀ ਅਕੀਦਤ ਨੂੰ ਬਦਨਾਮ ਕਰਨਾ ਚਾਹੁੰਦੇ ਨੇ, ਮਿਲਾਦੇ ਮੁਸਤਫਾ ਨੂੰ ਬਦਨਾਮ ਕਰਨਾ ਚਾਹੁੰਦੇ ਨੇ। ਢੋਲ ਵਜਾਓ, ਤੁਸੀਂ ਕਿੱਥੇ ਲਿਖਿਆ ਢੋਲ ਵਜਾਓ ਤੇ ਬੈਂਡ ਬਾਜੇ? ਆਹ ਸਿਆਲਕੋਟ ਦੇ ਅੰਦਰ ਹੀ ਸ਼ੁਰੂ ਹੋਇਆ, ਅਤੇ ਅਗਰ ਇਹਨੂੰ ਨਾ ਰੋਕਿਆ ਗਿਆ, ਅਗਰ ਉਲਾਮਾ ਨੇ ਨਾ ਰੋਕਿਆ, ਤੇ ਬਾਅਦ ਵਿੱਚ ਜਦੋਂ ਸਿਰ ਤੋਂ ਪਾਣੀ ਲੰਘ ਗਿਆ ਤਾਂ ਫਿਰ ਕੀ ਫਾਇਦਾ ਹੋਣਾ? ਬੁਰਾਈ ਨੂੰ ਬਾਬਾ ਜੀ ਸ਼ੁਰੂ ਤੋਂ ਫੜ ਲਓ ਨਾ, ਬੁਰਾਈ ਨੂੰ ਤੇ ਕੰਟਰੋਲ ਹੋ ਜਾਂਦੀ। ਜਦੋਂ ਪੁੱਤਰ ਨੇ ਪਹਿਲਾ ਸਿਗਰਟ ਪੀਤਾ ਨਾ ਪਹਿਲਾ, ਤੇ ਬਾਪ ਦਾ ਹੱਕ ਬਣਦਾ ਸੀ ਉਹਦੇ ਮੂੰਹ ਤੋਂ ਫੜ ਕੇ ਤੇ ਦੋ ਚਪੇੜਾਂ ਵੀ ਮਾਰਦਾ, ਦੋ ਜੁੱਤੀਆਂ ਵੀ ਮਾਰਦਾ, ਤੇ ਆਂਦਾ ਤੂੰ ਕਿਹੜਾ ਕੰਮ ਕਰਨ ਲੱਗਾ। ਤੇ ਜਦੋਂ ਪੁੱਤਰ ਚੰਗੀ ਤਰ੍ਹਾਂ ਨਸ਼ਈ ਬਣ ਗਿਆ ਨਾ, ਤੇ ਫਿਰ ਹੁਣ ਪੁੱਤਰ ਪਿਆਂਦਾ, ਉਹ ਅੱਬਾ ਪਿਆਂਦਾ ਪੁੱਤਰ ਸਿਗਰਟ ਨਾ ਪੀਆ ਕਰ। ਉਹ ਆਂਦਾ ਅੱਬਾ 2 ਸਾਲ ਪਹਿਲਾਂ ਕਿੱਥੇ ਸੀ? ਜਦੋਂ ਮੈਂ ਲੱਗਾ ਉਦੋਂ ਤੈਨੂੰ ਨਹੀਂ ਪਤਾ ਕਿ ਮੇਰਾ ਪੁੱਤਰ ਕਿੰਨਾ ਲੋਕਾਂ ਨਾਲ ਪਿਆ ਫਿਰਦਾ, ਮੇਰਾ ਪੁੱਤਰ ਸਿਗਰਟ ਪਿਆ ਪੀਂਦਾ, ਮੇਰਾ ਪੁੱਤਰ ਨਸ਼ਾ ਪਿਆ ਵੇਚਦਾ। ਹੁਣ ਤੇ ਉਹ ਆਦੀ ਹੋ ਗਿਆ ਈ, ਹੁਣ ਉਹਨੇ ਨਹੀਂ ਤੇਰੀ ਮੰਨੀ, ਹੁਣ ਜਿੰਨਾ ਮਰਜ਼ੀ ਵੀ ਜ਼ੋਰ ਲਾ ਲੈ। ਜਦੋਂ ਬੁਰਾਈ ਫੈਲ ਜਾਏ, ਅਗਰ ਇਹ ਬੈਂਡ ਬਾਜੇ ਨੂੰ ਅਸੀਂ ਮਨਾ ਨਾ ਕੀਤਾ,
ਕਈਆਂ ਨੇ ਫਤਵੇ ਲਾਣੇ ਨੇ ਵੀਡੀਓ ਵੇਖ ਕੇ, ਜੀ ਇਹ ਵੇਖੋ ਜੀ ਨਵੇਂ ਮੌਲਵੀ ਸਾਹਿਬ ਆ ਗਏ, ਨਵੇਂ ਮੁਫਤੀ ਸਾਹਿਬ ਆ ਗਏ, ਅਸਾਂ ਤਾਂ ਹੱਕ ਬਿਆਨ ਕਰਨਾ, ਭਾਵੇਂ ਕਿਸੇ ਨੂੰ ਚੰਗਾ ਲੱਗੇ ਅਤੇ ਭਾਵੇਂ ਨਾ ਲੱਗੇ, ਹੈਂ ਅਸੀਂ ਹੱਕ ਦੀ ਬੋਲੀ ਬੋਲਣੀ ਹੈ ਜਿੰਨਾ ਤੱਕ ਜ਼ਿੰਦਗੀ ਇਸ ਮਿੰਬਰ ਤੋਂ, ਹੱਕ ਬਿਆਨ ਕਰਾਂਗੇ। ਇਹ ਗਲਤ ਤਰੀਕਾ ਜੇ ਜਿਹੜੇ ਉਲਾਮਾ ਦੀ ਮੌਜੂਦਗੀ ਦੇ ਅੰਦਰ ਬੈਂਡ ਬਾਜਾ ਵੱਜ ਰਿਹਾ, ਉਹ ਨਹੀਂ ਪਿਆ ਬੋਲਦਾ, ਮਨਾ ਨਹੀਂ ਕਰਦਾ ਪਿਆ, ਉਹ ਵੀ ਗਲਤ ਹੈ। ਕਿਉਂ? ਬੁਰਾਈ ਦਾ ਸਾਥ ਦੇ ਰਿਹਾ। ਆਵਾਜ਼ ਉਠਾਓ, ਇਹ ਤੁਸੀਂ ਨਿਕਲ ਜਾਣਾ ਸ਼ਾਮੀ ਸਿਆਲਕੋਟ, ਤੁਸੀਂ ਨਿਕਲ ਜਾਇਓ, ਕੈਂਟਲ ਟੁਰ ਜਾਇਓ, ਖਾਦਮ ਅਲੀ ਰੋਡ ਦੇ ਤੁਹਾਨੂੰ ਇਹ ਟੋਲੇ ਲੱਭਣਗੇ, ਇਹ ਵਜਾਉਂਦੇ ਹੋਣਗੇ। ਕਿਸ ਵਾਸਤੇ ਜੀ? ਤਿਆਰੀ ਪਕਾਰ ਨੇ ਗਲਤ ਜੇ, ਕੋਈ ਜਾਇਜ਼ ਨਹੀਂ, ਕੋਈ ਸਵਾਬ ਦਾ ਕੰਮ ਨਹੀਂ, ਗਲਤ ਹੈ। ਜਿਹੜਾ ਕੰਮ ਗਲਤ ਹੈ ਉਹ ਅੱਜ ਵੀ ਗਲਤ ਹੈ, ਉਹ ਕੱਲ੍ਹ ਵੀ ਗਲਤ ਹੈ, ਉਹ ਕਿਆਮਤ ਦਾ ਗਲਤ ਹੈ। ਇਸ ਵਾਸਤੇ